ਸਫੜਿਆ ਕੱਲ ਸ਼ਾਮ ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਡੀਐਸਪੀ ਡੀ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਸੀਆਈਏ ਇੰਚਾਰਜ ਬਲਜਿੰਦਰ ਸਿੰਘ ਤੇ ਇੰਸਪੈਕਟਰ ਵਿਨੋਦ ਕੁਮਾਰ ਸਦਰ ਐਸਐਚਓ ਨੇ ਨਾਕਾਬੰਦੀ ਦੇ ਵਿੱਚ ਇੱਕ ਬੰਦੇ ਨੂੰ ਫੜਿਆ ਜਿਸ ਦੀ ਡੱਬ ਵਿੱਚੋਂ ਇੱਕ ਪਿਸਤੌਲ ਮਿਲਿਆ ਜਿਸ ਦੇ ਵਿੱਚ ਲਾਈਵ 5 ਕਾਰਤੂਸ ਸੀਗੇ ਨਾਲ ਉਹਦੇ ਜਦੋਂ ਇਸ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਇੱਕ ਨਾਮੀ ਗੈਂਗਸਟਰ ਹੈ ਜਿਸ ਦਾ ਨਾਮ ਸੁਖਵੰਤ ਮੋਨੂ ਹੈ ਇਹ ਜੈਪਲ ਗੈਂਗ ਦੇ ਨਾਲ ਇਸ ਦੀ ਉਹਨਾਂ ਦਾ ਅਕੰਪਲਿਸ ਸੀਗਾ ਇਸਨੇ ਬੜੀਆਂ ਵੱਡੀਆਂ ਰੋਬਰੀਆਂ ਦੇ ਵਿੱਚ ਇਹਦੀ ਕਾਰਵਾਈ ਰਹੀ ਹੈ 1,33,00,000 ਰੁਪਇਆ ਬਲੂਰ ਦੇ ਲਾਗੇ ਲੁੱਟਿਆ ਗਿਆ ਸੀਗਾ ਕੈਸ਼ ਵੈਨ ਤੋਂ ਉਹਦੇ ਵਿੱਚ ਲੁੱਟਣ ਦੇ ਵਿੱਚ ਇਹ ਨਾਲ ਸੀਗਾ ਅਤੇ ਭਿੰਦਾ ਨਿਹਾਲੂ ਵਾਲੀਆ ਜਿਹੜਾ ਉਹਨੂੰ ਜੇਲ੍ਹ 'ਚੋਂ ਛੁਡਾ ਕੇ ਲਿਜਾਣ ਦੇ ਵਿੱਚ ਇਹ ਤੀਰਥ ਢਿਲਵਾ ਅਤੇ ਪ੍ਰੇਮਾ ਲੋਰੀਆ ਦੇ ਨਾਲ ਸੀ ਇਸੇ ਤਰੀਕੇ ਨਾਲ ਰੋਪੜ ਦੇ ਵਿੱਚ ਇਹਨਾਂ 2016 ਦੇ ਵਿੱਚ ਇੱਕ ਕੈਸ਼ ਵੈਨ ਤੋਂ 7,50,00,000 ਰੁਪਇਆ ਲੁੱਟਿਆ ਸੀਗਾ ਇਹ ਵੱਡਾ ਇੱਕ ਗੈਂਗਸਟਰ ਹੈ ਜਿਸਨੇ ਬੜੇ ਵੱਡੇ ਕਾਰਨਾਮੇ ਕੀਤੇ ਨੇ ਇਸ ਤੋਂ ਇਲਾਵਾ ਇਸ 'ਤੇ ਪਹਿਲਾਂ ਵੀ 5-6 ਪਰਚੇ ਦਰਜ ਨੇ ਜਿਨ੍ਹਾਂ ਵਿੱਚ 302 ਦੇ ਅਤੇ 307 ਦੇ ਪਰਚੇ ਨੇ ਸਰ ਕਿੱਥੋਂ ਕਿੱਥੋਂ ਸੀ ਅਰੈਸਟ ਹੋਏ ਇਹ ਮੇਨ ਰੋਡ GT ਰੋਡ ਦੇ ਉੱਤੋਂ ਸ਼ਨੀ ਮੰਦਰ ਦੇ ਲਾਗੇ ਸਰ ਅੱਗੇ ਕੀ ਪਲੈਨਿੰਗ ਸੀ ਕੁਛ ਪੁੱਛਗਿੱਛ ਸਾਹਮਣੇ ਆਇਆ ਹੁਣ ਇਹ ਹੁਣ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਤੁਹਾਡੇ ਨਾਲ ਇਹ ਜ਼ਰੂਰ ਡਿਸਕਸ ਕੀਤਾ ਇਹ ਕਾਹਦੇ 'ਤੇ ਸੀਗਾ ਸਰ ਇਹ ਅਸੀਂ ਤਾਂ ਪੈਦਲ ਹੀ ਫੜਿਆ ਹੁਣ ਪੁੱਛਗਿੱਛ 'ਚ ਸਾਹਮਣੇ ਆ ਰਿਹਾ ਕਿ ਕਿੱਥੋਂ ਆਇਆ ਸੀ ਕੌਣ ਇਹਨੂੰ ਉੱਥੇ ਛੱਡ ਕੇ ਗਿਆ ਸੀ ਥੈਂਕ ਯੂ